2022 ਦੇ ਵਿੱਚ ਪੰਜਾਬੀ ਇੰਡਸਟਰੀ ਨੇ ਆਡੀਅੰਸ ਦਾ ਕਾਫੀ ਜ਼ਿਆਦਾ ਐਂਟਰਟੇਨਮੈਂਟ ਕੀਤਾ ਤੇ ਹੁਣ ਉਹ 2023 ਦੇ ਵਿੱਚ ਵੀ ਆਪਣੀ ਆਡੀਅੰਸ ਦਾ ਐਂਟਰਟੇਨਮੈਂਟ ਕਰੇਗੀ। ਇਸ ਕਰਕੇ ਕਾਫੀ ਪ੍ਰੋਜੈਕਟ ਲਾਈਨਅਪ ਵਿੱਚ ਵੀ ਹਨ ਤੇ ਉਸ ਦੇ ਨਾਲ ਹੀ ਹੁਣ ਇੱਕ ਹੋਰ ਨਵਾਂ ਪ੍ਰੋਜੈਕਟ ਇਸ ਲਾਈਨਅਪ ਦੇ ਵਿੱਚ ਆ ਚੁੱਕਾ ਹੈ ਜਿਸ ਦਾ ਨਾਮ ਹੈ ਵੱਡਾ ਘਰ। ਇਸ ਦੇ ਨਾਲ ਪੰਜਾਬੀ ਇੰਡਸਟਰੀ ਦੀ ਕਾਫੀ ਹੌਪਸ ਵੀ ਜੁੜੀਆਂ ਨੇ ਤੇ ਨਾਲ ਹੀ ਜੇਕਰ ਮੈਂ ਵੱਡਾ ਘਰ ਫਿਲਮ ਦੀ ਗੱਲ ਕਰਾਂ ਤੇ ਇਸ ਫਿਲਮ ਦੇ ਵਿੱਚ ਮੇਨ ਲੀਡ ਤੇ ਜੋਬਨਪ੍ਰੀਤ ਸਿੰਘ ਅਤੇ ਮੈਂਡੀ ਤੱਖਰ ਨਜ਼ਰ ਆਉਣ ਵਾਲੇ ਨੇ ਤੇ ਇਸ ਜੋੜੀ ਨੂੰ ਅਸੀਂ ਸਭ ਨੇ ਪਹਿਲਾਂ ਸਕਰੀਨ ਸ਼ੇਅਰ ਕਰਦੇ ਹੋਏ ਸਾਖ ਫਿਲਮ ਦੇ ਵਿੱਚ ਦੇਖਿਆ ਸੀ ਤੇ ਦਰਸ਼ਕਾਂ ਨੇ ਇਸ ਫਿਲਮ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਸੀ ਤੇ ਹੁਣ ਵੱਡਾ ਘਰ ਦੇ ਫਿਲਮ ਦੇ ਪੋਸਟਰ ਨੂੰ ਮੈਂਡੀ ਤੱਖਰ ਤੇ ਜੋਬਨਪ੍ਰੀਤ ਨੇ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ ਤੇ ਨਾਲ ਹੀ ਕੈਪਸ਼ਨ ਦੇ ਵਿੱਚ ਲਿਖਿਆ ਹੈ ਵਾਹਿਗੁਰੂ ਦੀ ਕਿਰਪਾ ਸਦਕਾ ਸਾਡੀ ਨੈਕਸਟ ਫਿਲਮ ਵੱਡਾ ਘਰ ਦਾ ਅਨਾਊਂਸਮੈਂਟ ਪੋਸਟਰ ਆਪ ਸਭ ਅੱਗੇ ਹਾਜ਼ਰ ਹੈ। ਤੁਸੀਂ ਸਾਡੀ ਸਾਖ ਫਿਲਮ ਨੂੰ ਬਹੁਤ ਪਿਆਰ ਦਿੱਤਾ ਤੇ ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਸ ਫਿਲਮ ਨੂੰ ਫਿਰ ਤੋਂ ਸਾਰੀ ਸਾਖ ਟੀਮ ਹੀ ਬਣਾ ਰਹੀ ਹੈ। ਇਹ ਫਿਲਮ ਜਸਬੀਰ ਗੁਨਾ ਚੂਰੀਆ ਭਾਜੀ ਵੱਲੋਂ ਲਿਖੀ ਗਈ ਹੈ। ਵੀ ਆਰ ਵੈਰੀ ਐਕਸਾਈਟਿਡ ਫੋਰ ਦਿਸ ਵਨ। ਇਸ ਫਿਲਮ ਦਾ ਪੋਸਟਰ ਕਾਫੀ ਜ਼ਿਆਦਾ ਸਿੰਪਲ ਜਿਹਾ ਹੈ ਲੇਕਿਨ ਇਸ ਫਿਲਮ ਦੇ ਵਿੱਚ ਸਾਨੂੰ ਕਾਫੀ ਸਾਰੇ ਰੋਮਾਂਟਿਕ ਸੀਨ ਅਤੇ ਪਰਿਵਾਰ ਦਾ ਇੱਕ ਪਿਆਰ ਦੇਖਣ ਨੂੰ ਮਿਲੇਗਾ। ਇਸ ਫਿਲਮ ਦੀ ਕਹਾਣੀ ਪਰਿਵਾਰ ਦੇ ਆਲੇ ਦੁਆਲੇ ਹੀ ਰਹਿਣ ਵਾਲੀ ਹੈ। ਫਿਲਹਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਫਿਲਮ ਦੀ ਕੋਈ ਵੀ ਅਫੀਸ਼ੀਅਲ ਡੇਟ ਅਨਾਊਂਸ ਨਹੀਂ ਕੀਤੀ ਗਈ ਹੈ ਪਰ ਹਾਂ ਇਹ ਪੱਕਾ ਹੈ ਕਿ ਇਹ ਫਿਲਮ 2023 ਦੇ ਵਿੱਚ ਸਾਰੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ। ਉੱਥੇ ਹੀ ਜੋਬਨਪ੍ਰੀਤ ਸਿੰਘ ਅਤੇ ਮੈਂਡੀ ਤੱਖੜ ਦੀ ਵਾਮਿਕਾ ਗੱਬੀ ਦੇ ਨਾਲ ਕਿਕਲੀ ਫਿਲਮ ਵੀ ਲਾਈਨਅਪ ਵਿੱਚ ਹੈ ਜੋ ਕਿ 2023 ਦੇ ਵਿੱਚ ਹੀ ਸਾਰੇ ਸਿਨੇਮਾ ਘਰਾਂ ਵਿੱਚ ਦੇਖਣ ਨੂੰ ਮਿਲੇਗੀ। ਸੋ ਤੁਹਾਨੂੰ ਇਹ ਅਪਡੇਟ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਅਤੇ ਇੱਦਾਂ ਦੀਆਂ ਹੋਰ ਬਾਲੀਵੁੱਡ ਇੰਟਰਸਟਿੰਗ ਅਪਡੇਟਸ ਲਈ ਦੇਖਦੇ ਰਹੋ ਗੂਗਲ ਬਾਲੀਵੁੱਡ।